ਅੱਜ ਜਿਹੜੀ ਤੁਹਾਡੀ ਮੀਟਿੰਗ ਹੋਈ ਆ ਉਹ ਬੜੀ ਹੰਗਾਮਾ ਪੂਰਵਕ ਰਹੀ ਆ, ਕੀ ਵਜ੍ਹਾ ਕੀ ਸੀ, ਇੰਨੇ ਤਲਖੀਬਾਜ਼ੀ ਕਿਉਂ ਹੋਈ ਹੈ? ਦੇਖੋ, ਕੋਈ ਮੀਟਿੰਗ ਹੰਗਾਮਾ ਪੂਰਵਕ ਨਹੀਂ ਸੀ, ਸਰ MC ਦੇ ਸਾਹਿਬਾਨ ਦੇ ਆਪਣੇ ਆਪਣੇ ਮਨ ਦੇ ਬੁਲਬਲੇ ਸੀ ਕਿ ਆਪਾਂ ਕੰਮ ਕਰਵਾਈਏ ਜਿੱਥੇ ਕਿਤੇ, ਦੇਖੋ ਕਿਤੇ ਅਫਸਰ ਸਾਹਿਬਾਨ ਦੀ ਗਲਤੀਆਂ ਦੇ ਕਾਰਨ ਕੋਈ ਗੱਲ ਸੁਣਨੀ ਪੈ ਰਹੀ ਸੀ, ਉਹਦੇ ਕਰਕੇ ਸਾਰਿਆਂ ਨੇ ਅੱਜ ਆਪਣੇ ਆਪਣੇ ਮਨ ਦੇ ਬੁਲਬਲੇ ਕੀਤੇ, ਔਰ ਇਹ ਸ਼ਹਿਰ ਲਈ ਕੀਤੇ ਆ, ਪਰਸਨਲ ਤਾਂ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ, ਤਾਂ ਕਿ ਲੋਕਾਂ ਨੂੰ ਰਿਲੀਫ ਮਿਲ ਸਕੇ। ਰੇਲਵੇ ਰੋਡ ਦੀ ਸੜਕ ਦਾ ਮੁੱਦਾ, ਜਦੋਂ ਵੀ ਕੋਈ ਲੰਘਦਾ ਆ ਉੱਥੇ ਹਾਲਾਤ ਦੇਖ ਲਓ, ਡਰ ਲੱਗਦਾ, ਐਕਸੀਡੈਂਟ ਹੋਣ ਦਾ ਡਰ ਆ, ਉਹਦਾ ਜ਼ਰੂਰੀ ਮੁੱਦਾ ਸੀ। ਮਾਣਯੋਗ ਸਰਦਾਰ ਮੱਖਣ ਸਿੰਘ ਉਹਨਾਂ ਨੇ ਉਹ ਮੁੱਦਾ ਚੱਕਿਆ ਸੀ, ਚੇਤ ਰਾਮ ਉਹਨਾਂ ਨੇ ਚੱਕਿਆ ਸੀ ਮੁੱਦਾ, ਸਾਰੇ ਜੁਆਇੰਟਲੀ ਸਾਰੇ ਮੈਂ ਐਚੜੀ ਆ ਜੀ। ਚਲੋ ਠੀਕ, ਸਰ ਇੱਕ ਦੁਕਾਨ ਬਾਰੇ ਬਹੁਤ ਮਸਲਾ ਉੱਠਿਆ ਜੀ। ਕਿਹੜੀ ਦੁਕਾਨ ਬਾਰੇ ਜੀ? ਕਿਹੜੇ MC ਭੂਮਲਾ ਜੀ? MC ਸਾਹਿਬ ਵੱਲੋਂ ਦੁਕਾਨ 'ਤੇ ਆਓ, ਮੈਡਮ ਬੀਕਾ ਮੈਡਮ ਜੀ ਨੇ ਮੁੱਦਾ ਉਠਾਇਆ ਆ, ਔਰ ਜੋ ਬਣਦੀ ਕਾਰਵਾਈ ਆਈ ਓ ਸਾਹਿਬ ਨੂੰ ਕਿਹਾ ਕਰੋ, ਸਬਲੈਟ ਜੇ ਹੋਈ ਆ ਤਾਂ ਗਲਤ ਹੋਈ ਆ। ਉਹਦਾ ਹੋ ਨਹਿਰ ਦੇ ਨਾਲ ਨਾਲ ਸੜਕ ਬਣੀ ਆ ਜਿਹੜੀ ਸ਼ੂਗਰ ਮਿਲ ਦੇ ਵਿੱਚ ਗੰਨਾ ਲਿਆਉਣ ਵਾਸਤੇ ਸੌਖ ਕਰਨ ਵਾਸਤੇ, ਲੇਕਿਨ ਮੂਹਰੇ ਫਾਟਕ ਦੇ ਦੇਖੋ ਉਹ ਸੜਕ ਉਹ ਮੁੱਦਾ ਦੇਖੋ ਸੜਕ ਸੜਕ ਬਣਾਉਣ ਤੋਂ ਪਹਿਲਾਂ ਸਾਨੂੰ ਚਾਹੀਦਾ ਸੀਗਾ ਮੌਕਿਆਂ ਦੇ ਉਸ ਟਾਈਮ ਦੇ ਪ੍ਰਸ਼ਾਸਨ ਨੂੰ, ਹਾਕਮਾਂ ਨੂੰ, ਕਿ ਪਹਿਲਾਂ ਰੇਲਵੇ ਦਾ ਮੁੱਦਾ ਹੱਲ ਕਰਦੇ। ਸੜਕ ਬਣ ਗਈ ਆ ਲੇਕਿਨ ਉਹ ਬੇਬਸ ਆ ਉਹ ਸੜਕ 'ਤੇ ਲੰਘਣ ਤੋਂ, ਲੇਕਿਨ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਦੀ ਚੱਲ ਰਹੀ ਆ ਰੇਲਵੇ ਨਾਲ ਗੱਲਬਾਤ, ਲੈਟਰ ਆਦਾਨ ਪ੍ਰਦਾਨ ਹੋ ਰਹੇ ਆ, ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਰਿਜ਼ਲਟ ਮਿਲੂਗਾ। ਸਰਕਾਰ ਕੋਈ ਅਸੀਂ ਨਗਰ ਕੌਂਸਲ ਦੇ ਮੁਲਾਜ਼ਮ ਅੱਗੇ ਬੇਬਸ ਨਹੀਂ ਹੈਗੇ, ਔਰ ਤੁਹਾਨੂੰ ਇੱਕ ਗੱਲ ਦੱਸ ਦਈਏ, ਜਿੱਦਾਂ ਇੱਕ ਕਾਂ ਟੰਗੀ ਦੇਣਾ, ਜੇ ਕੋਈ ਨਾ ਪੁੱਛੋ ਕਾਂ ਟੰਗਦੇ ਹਾਂ, ਕਿ ਐਡੀ ਕੋਈ ਬੇਬਸ ਵਾਲੀ ਗੱਲ ਨਹੀਂ। ਚਲੋ ਇੱਥੇ ਸਾਰਾ ਇੱਕ ਅਸੀਂ ਭਾਈਚਾਰੇ ਤਰੀਕੇ ਦੇ ਨਾਲ ਸਾਰਿਆਂ ਨਾਲ ਰਹੀਦਾ, ਜੁਆਇੰਟਲੀ ਫਰੈਂਡਲੀ, ਲੇਕਿਨ ਜੇ ਕੋਈ ਕੰਮ ਨਾ ਕਰੂਗਾ, ਤੁਸੀਂ ਅੱਜ ਦੇਖ ਲਿਆ ਜੇ ਅਸੀਂ ਬੇਬਸ ਹੁੰਦੇ ਤਾਂ ਹਾਊਸ ਦੇ ਵਿੱਚ ਨਾ ਕਹਿੰਦੇ ਵੀ ਤੁਹਾਡੇ ਖਿਲਾਫ਼ ਲਿਖਣਾ ਹੈ, ਔਰ ਕੰਮ ਮੇਰੀ ਗੱਲ ਟਾਈਮ ਬਾਉਂਡ ਕੰਮ ਨਾ ਕਰਦੇ। ਥੋੜ੍ਹੇ ਜਿਹੇ ਇਹਨਾਂ ਦੀਆਂ ਅਫਸਰਾਂ ਦੀਆਂ ਗਲਤੀਆਂ ਸੀਗੀਆਂ, ਇਹਨਾਂ ਨੇ ਘੱਟ ਧਿਆਨ ਦਿੱਤਾ ਪਿੱਛੇ ਜੇ, ਥੋੜ੍ਹੇ ਜਿਹੇ ਇਹਨਾਂ ਨੂੰ ਜ਼ਿਆਦਾ ਚੰਡੀਗੜ੍ਹ ਦੇ ਗੇੜੇ ਜ਼ਿਆਦਾ ਲੱਗੇ ਇਹਨਾਂ ਦੇ, ਇਸ ਕਰਕੇ ਅਸੀਂ ਵੀ ਇਹਨਾਂ ਨੂੰ ਅੱਜ ਹਦਾਇਤ ਹੀ ਕੀਤੀ ਆ ਬੇਬਸ ਨਹੀਂ। ਸਭ ਤੋਂ ਪਹਿਲਾਂ ਤਾਂ ਮਾਣਯੋਗ ਪ੍ਰੈਸ ਦਾ ਇਲੈਕਟ੍ਰੋਨਿਕ ਮੀਡੀਆ ਦਾ ਨਗਰ ਕੌਂਸਲ ਦੇ ਵਿਹੜੇ ਵਿੱਚ ਮੈਂ ਜੀ ਆਇਆ ਕਹਿੰਦਾ, ਜਿੱਥੋਂ ਤੱਕ ਭੂਮਲਾ ਜੀ ਦਾ ਸਵਾਲ ਆ ਜਿਹੜਾ ਉਹਨਾਂ ਨੇ ਸਬਲੈਕਟ ਕੀਤਾ ਹੈ ਉਹਦੇ ਸੰਬੰਧ ਵਿੱਚ ਸਰਕਾਰ ਨੂੰ ਲਿਖਾਂਗਾ, ਉਹਨਾਂ ਦੇ ਖਿਲਾਫ਼ ਕੀ ਕਾਰਵਾਈ ਲਈ ਲਿਖਾਂਗਾ ਸਰਕਾਰ। ਠੀਕ ਹੈ ਸਰ, ਇੱਕ ਦੱਸੋ ਉਹਦੇ ਵਿੱਚ ਜਿਸ ਤਰ੍ਹਾਂ ਜਿਹੜਾ MC ਹੁੰਦਾ ਕੋਰਸਪੋਂਡੈਂਸ ਹੋਇਆ। ਸਰ ਇੱਕ ਮੱਖਣ ਗਰੇਵਾਲ ਜੀ ਮਸਲਾ ਚੱਕਿਆ ਫਾਟਕਾਂ ਤੋਂ ਪਰੇ ਜਿੱਥੇ ਮੱਛੀ ਮਾਰਕੀਟ ਬਣ ਗਈ ਉੱਥੇ ਕਹਿੰਦੇ ਲਾਈਟਾਂ ਲਗਾਈਆਂ ਗਈਆਂ ਨਗਰ ਕੌਂਸਲ, ਉਹ ਨਗਰ ਕੌਂਸਲ ਵੱਲੋਂ ਜੇ ਨੂੰ ਪੁੱਛਿਆ ਗਿਆ ਸੀ, ਉਹ ਕਹਿੰਦਾ ਅਸੀਂ ਨਹੀਂ ਲਗਾਈਆਂ। ਫਿਰ ਸਰ ਉਹ ਕੌਣ ਲੱਗੇ? ਇਹ ਹੋ ਸਕਦਾ ਕਿ ਉਹਨਾਂ ਨੇ ਆਪਣੇ ਪੱਧਰ 'ਤੇ ਲਗਾਈਆਂ ਹੋਣ, ਪਰ ਫਿਰ ਉਹ ਚੈੱਕ ਕਰਨਾ ਸੀਗਾ, ਚੈੱਕ ਕਰਵਾ ਕੇ ਤਾਂ ਉਹਦੇ ਖਿਲਾਫ਼ ਜੋ ਵੀ ਕਾਰਵਾਈ ਉਹ ਕੀਤੀ ਜਾਵੇ। ਥੈਂਕ ਯੂ। ਇੱਕ ਤਾਂ ਜਿਹੜੀ ਅਫਸਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਊਗੀ, ਕਿਉਂਕਿ ਜਦੋਂ ਲੋਕ ਆਉਂਦੇ ਆ ਜਿਹੜੇ ਅਫਸਰ ਸਾਹਿਬਾਨ ਆ ਜਾਂ ਮੁਲਾਜ਼ਮ ਆ ਉਹ ਦਫ਼ਤਰਾਂ ਦੇ ਵਿੱਚ ਨਹੀਂ ਮਿਲਦੇ, ਅਤੇ ਉਹਦੇ ਲਈ ਕੀਤਾ ਕਿ ਪੂਰੇ 2 ਦਿਨ ਫਿਕਸ ਕੀਤੇ ਜਾਣ ਹਫ਼ਤੇ 'ਚ, ਜਿਹਦੇ ਵਿੱਚ ਸਾਰੇ ਅਫਸਰ ਸਾਹਿਬਾਨ ਨਗਰ ਕੌਂਸਲ 'ਚ ਹਾਜ਼ਰ ਹੋਣ। ਔਰ ਦੂਜੀ ਇੱਕ ਮੰਗ ਉੱਠੀ ਸੀ LED ਲਾਈਟ ਦੀ ਰਿਪੇਅਰ ਦੀ, ਔਰ ਇੱਕ ਸਫਾਈ ਦੀ, ਔਰ ਇੱਕ ਚੇਤ ਰਾਮ ਰਤਨ ਜੀ ਦਾ ਜਿਹੜਾ ਸੀਵਰੇਜ ਦੀ ਸਫਾਈ ਦਾ ਮਸਲਾ ਹੈ, ਜਿਹੜਾ ਪਿਛਲੇ ਲੰਬੇ ਸਮੇਂ ਤੋਂ ਚਰਚ ਕਲੋਨੀ ਦਾ ਸੀਵਰੇਜ ਬੰਦ ਆ ਉਹਦੀ ਸਮੱਸਿਆ ਲਈ ਸੀਗਾ,
ਉਹਦੇ ਲਈ ਔਰ ਰੇਲਵੇ ਰੋਡ ਦੀ ਸੜਕ, ਕਲਾਮ ਰੋਡ ਦੀ ਸੜਕ, ਸਲੋਅ ਰੋਡ ਦੀ ਸੜਕ, ਹੀਰਾ ਜੱਟਾ ਮਹੱਲੇ ਦੀ ਸੜਕ, ਜਿਹਦੇ ਵਿੱਚ ਇਹ ਕੀਤਾ ਗਿਆ ਕਿ ਆਉਣ ਵਾਲੀ ਮੀਟਿੰਗ ਦੇ ਵਿੱਚ ਉਹਨਾਂ ਦੇ ਬਕਾਇਦਾ ਪ੍ਰੋਪਰ ਤਰੀਕੇ ਨਾਲ ਐਸਟੀਮੇਟ ਬਣਾ ਕੇ ਸਾਰੇ ਪਾਸ ਕਰਾਏ ਜਾਣਗੇ। ਔਰ ਇੱਕ ਜਿਹੜੇ ਨਜਾਇਜ਼ ਕਬਜ਼ੇ ਆ, ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜੇ ਨਗਰ ਕੌਂਸਲ ਦੇਖ ਰਹੀ ਹੈ ਕਿ ਨਗਰ ਕੌਂਸਲ ਕੋਈ ਕਾਰਵਾਈ ਨਹੀਂ ਕਰ ਰਹੀ, ਜਿਹਦੇ ਵਿੱਚ BBC ਸਕੌਰ ਬੀਕਾ ਨੇ ਇੱਕ ਮੁੱਦਾ ਚੁੱਕਿਆ ਸੀ, ਕਿਉਂਕਿ ਸਾਡੇ ਜਿਹੜੇ ਸਾਬਕਾ ਪ੍ਰਧਾਨ ਨੇ ਸਚਿਨ ਧਵਾਨ ਜੀ, ਉਹਨਾਂ ਦੇ ਸਮੇਂ ਇੱਕ ਮੰਗ ਉੱਠੀ ਸੀਗੀ ਕਿ ਜਿੰਨੀਆਂ ਵੀ ਨਗਰ ਕੌਂਸਲ ਦੀਆਂ ਨਜਾਇਜ਼ ਕਬਜ਼ੇ ਕੀਤੇ ਆ, ਜਿਹੜੀਆਂ ਪ੍ਰੋਪਰਟੀਆਂ ਆ, ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਔਰ ਸਾਡੇ ਮਾਣਯੋਗ BBC ਸਕੌਰ ਬੀਕਾ ਨੇ ਇਹ ਮੁੱਦਾ ਚੁੱਕਿਆ ਸੀ ਕਿ ਪਿਛਲੇ ਸਮੇਂ ਦੌਰਾਨ ਸਾਡੇ ਇੱਕ ਕੌਂਸਲਰ ਵੱਲੋਂ ਇੱਕ ਜਗ੍ਹਾ 'ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਸੀਗਾ, ਅਤੇ ਉਹਦੇ ਵਿਰੁੱਧ ਕੀ ਕਾਰਵਾਈ ਕੀਤੀ ਗਈ ਆ, ਉਹਦੇ ਲਈ ਅਫਸਰ ਬਲਵਿੰਦਰ ਕੁਮਾਰ ਜੀ ਭੂਮਲਾ, ਉਹਨਾਂ ਨੇ ਕੀ ਕਿਹੜੀ ਚੀਜ਼ ਰੋਕੀ ਆ? ਉਹ ਨਗਰ ਕੌਂਸਲ ਦੀ ਜਿਹੜੀ ਜਗ੍ਹਾ ਆ ਉਹ ਦੌਲਤ ਰਾਮ ਨੂੰ ਜਿਹੜੀ ਆ ਉਹ ਦਿੱਤੀ ਗਈ ਸੀਗੀ, ਅਤੇ ਲੇਕਿਨ ਉੱਥੇ ਭੂਮਲਾ ਨਾਂ ਦੀ ਡੈਰੀ ਚੱਲ ਰਹੀ ਆ, ਜਿਹੜਾ ਮੁੱਦਾ ਅਸੀਂ ਪਿਛਲੀ ਲਗਭਗ 5-6 ਮਹੀਨੇ ਪਹਿਲਾਂ ਚੱਕਿਆ ਸੀਗਾ, ਅਤੇ ਅਫਸਰ ਸਾਹਿਬਾਨ ਕਹਿੰਦੇ ਰਿਪੋਰਟ ਆ ਗਈ। ਅਸੀਂ ਤਾਂ ਇਹ ਕਿਹਾ ਵੀ ਰਿਪੋਰਟ ਤੋਂ ਬਾਅਦ ਜਿਹੜੀ ਉਹਦੇ 'ਤੇ ਕਾਰਵਾਈ, ਜਿਹੜੇ ਬਾਕੀ ਹੋਰ ਵੀ ਜਿਹੜੇ ਨਜਾਇਜ਼ ਨਗਰ ਕੌਂਸਲ ਦੇ ਕਬਜ਼ੇ ਕੀਤੇ ਆ ਉਹਨਾਂ ਦੇ ਵਿਰੁੱਧ ਸਾਰਿਆਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਉਹ ਚਾਹੇ ਕੋਈ ਵੀ ਹੋਵੇ, ਕਿਸੇ ਵੀ ਪਾਰਟੀ ਦਾ ਹੋਵੇ, ਚਾਹੇ ਕਾਂਗਰਸ ਦਾ ਹੋਵੇ, ਅਕਾਲੀ ਦਲ ਦਾ ਹੋਵੇ, ਬਸਪਾ ਦਾ ਹੋਵੇ, ਆਮ ਆਦਮੀ ਦਾ ਹੋਵੇ, ਕਿਸੇ ਦਾ ਵੀ ਹੋਵੇ, ਜੇ ਕਿਸੇ ਨੇ ਨਗਰ ਕੌਂਸਲ ਦੀ 1 ਇੰਚ ਵੀ ਜਗ੍ਹਾ ਦੱਬੀ ਹੋ ਤਾਂ ਉਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਖਾਲਸਾ ਜੀ, ਅੱਜ ਪੂਰਾ ਲਾਈਵ ਸੈਸ਼ਨ ਚੱਲਿਆ ਸੀ, ਮੈਂ ਲੋਕਾਂ ਦੇ ਕਮੈਂਟਸ ਪੜ੍ਹ ਰਿਹਾ ਸੀਗਾ ਜੀ, ਜੀ ਕਹਿੰਦੇ ਐਂ ਲੱਗ ਰਿਹਾ ਜਿਵੇਂ ਨਾ ਪ੍ਰਸ਼ਾਸਨ ਦੇ ਅੱਗੇ ਬੇਬਸ ਹੋਈ ਗਈ ਹੈ। ਦੇਖੋ, ਇੱਕ ਮੁੱਦਾ ਹੋਰ ਚੱਕਿਆ ਸੀਗਾ ਸਾਡੇ ਕਮਲ ਜੀ ਨੇ, ਕਿਉਂਕਿ ਦੇਖੋ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਆ ਉਹ ਅਫਸਰ ਸਵਾਨਾ ਦੀ ਡਿਊਟੀ ਕਰ ਰਹੇ ਆ, ਹੋਰ ਪਾਸੇ ਲੱਗੇ ਹੋ ਆ। ਨਗਰ ਕੌਂਸਲ ਦੀ ਜਿਹੜੀ ਇੱਕ ਗੱਡੀ ਆ, ਇੱਕੋ ਗੱਡੀ ਆ ਨਗਰ ਕੌਂਸਲ 'ਚ, ਜਿੱਥੇ ਜੇ ਅਫਸਰ ਸਾਹਿਬਾਨ ਨੇ ਜਾਣਾ ਜਾਂ ਕਿਸੇ ਕੋਈ ਮੌਕਾ ਦੇਖਣਾ ਤਾਂ ਉਹ ਵੀ, ਜੇ ਦੇਖੋ ADC ਦਫ਼ਤਰ ਵਰਤਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਚਾਹੀਦਾ, ਕਿਉਂਕਿ ਉਹ ADC ਇਸ ਵੇਲੇ ਡਿਪਟੀ ਡਾਇਰੈਕਟਰ ਦੀ ਪਾਵਰ ਆ। ਲੇਕਿਨ ਜੇ ਉਹਨੂੰ ਕੋਈ ਹੋਰ ਮਹਿਕਮਾ ਵਰਤ ਰਿਹਾ ਤਾਂ ਅਸੀਂ ਆਪਣੇ EO ਸਾਹਿਬ ਨੂੰ ਬੇਨਤੀ ਕੀਤੀ ਆ ਕਿ ਦੇਖੋ, ਅਸੀਂ ਤਾਂ ਇਹ ਟਾਈਮ ਬਾਉਂਡ ਕੀਤਾ ਵੀ ਜਿਹੜੀ ਰੇਲਵੇ ਰੋਡ ਦੀ ਸੜਕ ਆ ਜਾਂ ਜਿਹੜੀ ਬਸਤੀ ਇਬਰਾਹਿਮ ਦੀ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਹੈ ਸੀਵਰੇਜ ਬੰਦ ਦਾ, ਉਹ ਟਾਈਮ ਬਾਉਂਡ ਇਹਦੇ ਵਿੱਚ ਇਹਨਾਂ ਨੇ ਸਾਡੇ ਕੋਲ 15 ਦਿਨ ਦਾ ਸਮਾਂ ਲਿਆ। 15 ਦਿਨਾਂ ਦੇ ਅੰਦਰ ਇਹਨਾਂ ਸੜਕਾਂ ਦੇ ਐਸਟੀਮੇਟ ਔਰ ਜਿਹੜਾ ਸੀਵਰੇਜ ਦਾ ਕੰਮ ਆ ਬਸਤੀ ਇਬਰਾਹਿਮ ਦਾ ਸੀਵਰ ਘਲਾਉਣ ਦਾ, ਉਹਦੇ ਲਈ ਵੀ ਟਾਈਮ ਬਾਉਂਡ ਕੀਤਾ ਗਿਆ। ਸੈਂਟਰੀ ਇੰਸਪੈਕਟਰ ਨੂੰ ਕਿਹਾ, ਕਿਉਂਕਿ ਜਵਾਬ ਤਲਬੀ ਇੱਕ ਦੂਜੇ ਦੇ ਮਹਿਕਮੇ 'ਤੇ ਗੱਲ ਨਾ ਸਿੱਟੋ ਵੀ ਜੀ ਉਹ ਸੀਵਰੇਜ ਬੋਰਡ ਨਹੀਂ ਆਇਆ, ਸੀਵਰੇਜ ਬੋਰਡ ਨੂੰ ਚਿੱਠੀ ਲਿਖਣਾ ਤੁਹਾਡਾ ਕੰਮ ਹੈ, ਕਿਉਂਕਿ ਸੈਂਟਰੀ ਇੰਸਪੈਕਟਰ ਕੋਲ ਕੋਈ ਜਵਾਬ ਨਹੀਂ ਸੀ ਕਿ ਮੈਂ ਉਹਨਾਂ ਨੂੰ ਚਿੱਠੀ ਲਿਖੀ ਆ। ਜਦ ਤੱਕ ਤੁਸੀਂ ਕਿਸੇ ਮਹਿਕਮੇ ਨੂੰ ਚਿੱਠੀ ਨਹੀਂ ਲਿਖੀ, ਜਵਾਬ ਤਲਬੀ ਤਾਂ ਆਪਾਂ ਤਾਂ ਕਰ ਸਕਦੇ ਹਾਂ ਜੇ ਆਪਾਂ ਉਹਨਾਂ ਨੂੰ ਕੋਈ ਰਿਟਨ ਦੇ ਵਿੱਚ ਕੋਈ ਇੰਟੀਮੇਸ਼ਨ ਦਿੱਤੀ ਹੋਵੇ। ਜੇ 2024 ਚੜ੍ਹ ਜਾਣਾ, ਕਿਉਂਕਿ 15 ਦਿਨ ਰਹਿ ਗਏ ਜੀ 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 24 ਤੱਕ ਇਹਨਾਂ ਨੇ ਜਿਹੜਾ ਤੁਸੀਂ ਟਾਈਮ ਬਾਉਂਡ ਕੀਤਾ, ਐਸਟੀਮੇਟ ਨਹੀਂ ਦਿੱਤਾ, ਫਿਰ ਕੀ ਕਾਰਵਾਈ ਹੋਊਗੀ? ਦੇਖੋ, ਅਗਲੀ ਜਿਹੜੀ ਮੀਟਿੰਗ ਹੋਊਗੀ ਜੇ ਐਸਟੀਮੇਟ ਨਹੀਂ ਪਾਸ ਹੋਊਗੇ ਤਾਂ ਅਫਸਰਾਂ ਦੀ ਜਵਾਬ ਤਲਬੀ ਹੋਊਗੀ, ਕਿਉਂਕਿ ਅਸੀਂ ਅਫਸਰਾਂ ਤੋਂ ਇਹ ਉਹਨਾਂ ਨੂੰ ਹਫ਼ਤੇ ਦਾ ਟਾਈਮ ਦਿੱਤਾ ਸੀ, ਹਫ਼ਤੇ ਦੀ ਬਜਾਏ 15 ਦਿਨ ਦਾ ਦਿੱਤਾ, ਔਰ ਹਾਊਸ ਦੇ ਵਿੱਚ ਖੜ੍ਹ ਕੇ ਜੇਈ ਨੇ ਔਰ ਅਫਸਰ ਸਾਹਿਬਾਨ ਨੇ ਛੋਟੀ ਦਿੱਤੀ ਕਿ 15 ਦਿਨਾਂ ਦੇ ਵਿੱਚ ਤੁਹਾਡੇ ਐਸਟੀਮੇਟ ਪਾਸ ਹੋਊਗੇ। ਅਤੇ ਜਿਹੜੇ ਆਮ ਆਦਮੀ ਦੇ ਹਲਕਾ ਇੰਚਾਰਜ ਆ ਉਹਨਾਂ ਨੂੰ ਵੀ ਕਿਹਾ ਕਿ ਇਹ ਇਹਨਾਂ ਦੀ ਅਪਰੂਵਲ ਤੁਸੀਂ ਲੈ ਕੇ ਦੇਣੀ ਹੈ, ਕਿਉਂਕਿ ਸਰਕਾਰ ਤੁਹਾਡੀ ਆ। ਇੱਕ ਜੇਈ ਸਾਹਿਬ ਦਾ ਮੁੱਦਾ ਬਹੁਤ ਗੰਭੀਰ ਤਰ੍ਹਾਂ ਉੱਠਿਆ, ਅਫਸਰਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ, ਕੀ ਵਜ੍ਹਾ ਕੀ ਆ ਵੀ ਜੇਈ ਕਿਉਂ ਇਸ ਗੱਲ ਤੋਂ ਜਿਹੜੇ ਸਹਿਮਤ ਨਹੀਂ ਹੋ ਰਹੇ, ਕੰਮ ਦੇ ਵਿੱਚ ਜ਼ਿਆਦਾ ਉਹਨਾਂ ਨੂੰ ਰੁਕਾਵਟਾਂ ਆ ਰਹੀਆਂ? ਕਿਹੜੇ ਕੰਮਾਂ ਤੋਂ ਜੀ?
ਜਿਹੜਾ ਕੋਈ ਬਿਜਲੀ ਵਾਲਾ ਗਈ ਹੋਇਆ ਮੇਰੀ ਗੱਲ ਨੀ ਸੁਣਦੇ। ਅਸੀਂ ਮੈਂ ਈਓ ਸਾਹਿਬ ਨੂੰ ਰਿਕੁਐਸਟ ਕੀਤੀ ਆ ਕਿ ਜਿਹੜੇ ਈਓ ਸਾਹਿਬ ਆ ਉਹ ਜਿਹੜੇ ਜੇਈ ਆ ਸਾਡੇ ਕੋਲ ਦੋ ਜੇਈ ਆ, ਇੱਕ ਇਲੈਕਟ੍ਰੀਕਲ ਦਾ ਦੂਸਰਾ ਵੀ ਜਿਹੜਾ ਆ, ਕਿਉਂਕਿ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਦੀ ਡਿਊਟੀਆਂ ਵੰਡ ਦਿਓ ਵੀ ਕਿਹੜੇ ਕਿਹੜੇ ਜੇਈ ਨੂੰ ਕਿਹੜੇ ਕਿਹੜੇ ਕੰਮ ਅਲਾਟ ਕੀਤੇ ਜਾਂਦੇ, ਕਿਉਂਕਿ ਤਾਂ ਕਿ ਉਹਦੀ ਆਉਣ ਵਾਲੇ ਸਮੇਂ 'ਚ ਜਵਾਬ ਤਲਬੀ ਕੀਤੀ ਜਾ ਸਕੇ। ਕਿਉਂਕਿ ਅਫਸਰ ਦੇ ਬੰਦ ਕਹਿੰਦੇ ਜੇਈ ਕਹਿੰਦਾ ਜੀ ਇਹ ਮੇਰਾ ਕੰਮ ਨਹੀਂ ਹੈਗਾ, ਦੇਖੋ ਜੇਈ ਦੀ ਜਿਹੜੀ ਪੋਸਟ ਆ ਉਹਦੇ ਵਿੱਚ ਇਹ ਲਿਖ ਕੇ ਨਹੀਂ ਆਇਆ ਵੀ ਉਹ ਕਿਹੜੇ ਕੰਮ ਲਈ ਆਇਆ। ਠੀਕ ਹੈ, ਉਹ ਐਜ਼ ਏ ਜੇਈ ਪ੍ਰਮੋਟ ਹੋ ਕੇ ਆਇਆ ਅਤੇ ਉਹਦੇ ਵਿੱਚੋਂ ਜਿਹੜਾ ਕੰਮ ਲੈਣਾ ਉਹ ਈਓ ਸਾਹਿਬ ਨੇ ਦੇਖਣਾ ਸੀ, ਉਹਨਾਂ ਨੇ ਕਿਹਾ ਇਹਨਾਂ ਨੂੰ ਕੰਮ ਬਣ ਦਿਓ ਦੋਵਾਂ ਨੂੰ। ਇੱਕ ਜੇ ਮੈਂ ਤੁਹਾਨੂੰ ਹੋਰ ਵੱਡੀ ਪ੍ਰੋਬਲਮ ਆ, ਦੂਰ ਦੀ ਤਾਂ ਗੱਲ ਛੱਡੋ, ਆਪਣੇ ਨਾਲੇ ਬਾਥਰੂਮ ਨਗਰ ਕੌਂਸਲ ਦਾ, ਇੱਥੇ ਦੇਖੋ ਤੁਸੀਂ ਕਿੰਨੀ ਗੰਦਗੀ ਆ, ਇੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਡੀ ਸੀ ਸਾਹਿਬ ਖੁਦ ਆ ਕੇ ਕਹਿ ਕੇ ਗਏ ਆ, ਲੇਕਿਨ ਇਹ ਉਪਰਾਲਾ ਨਹੀਂ ਹੋ ਸਕਿਆ ਕਿਉਂਕਿ ਇਹਦੇ ਨਾਲ ਅਸੀਂ ਵੀ ਜੁੜੇ ਹਾਂ ਕੋਠੀ ਰੋਡ ਵਾਲੇ, ਪਰ ਇਹ ਹੱਲ ਨਹੀਂ ਹੋ ਰਿਹਾ। ਦੇਖੋ ਮੇਰੇ ਧਿਆਨ 'ਚ ਵੀ ਗੱਲ ਆਈ ਸੀ ਕਿ ਜਿਹੜਾ ਸੀਵਰੇ ਜਿਹੜਾ ਬਾਥਰੂਮ ਆ ਬਾਹਰ ਨਗਰ ਕੌਂਸਲ ਦਾ, ਇਹਦੀ ਇੰਨੀ ਮਾੜੀ ਹਾਲਤ ਆ ਕਿ ਜਦੋਂ ਆਮ ਲੋਕ ਨੇ ਵਾਸ਼ਰੂਮ ਜਾਣਾ ਤਾਂ ਦੂਰ ਦੀ ਗੱਲ ਆ, ਜੇ ਉਹਦੇ ਮੂਹਰਿਓਂ ਲੰਘ ਕੇ ਜਾਂਦੇ ਆ ਤਾਂ ਨੱਕ 'ਤੇ ਹੱਥ ਰੱਖ ਕੇ ਲੰਘਦੇ ਆ, ਸਾਡੇ ਲਈ ਸ਼ਰਮ ਵਾਲੀ ਗੱਲ ਆ, ਅਫਸੋਸ ਵਾਲੀ ਗੱਲ ਆ। ਅਤੇ ਅਸੀਂ ਚਾਹਾਂਗੇ, ਮੇਰੀ ਕੋਸ਼ਿਸ਼ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਲੋਕਾਂ ਦੀ ਕੰਪਲੇਂਟ ਆ ਇਹਦਾ ਸਥਾਈ ਰੂਪ ਦੇ ਵਿੱਚ ਹੱਲ ਹੋਵੇ, ਪਾਣੀ ਦੀ ਚਾਹੇ, ਕਿਉਂਕਿ ਇਹ ਕੋਈ ਜਵਾਬ ਨਹੀਂ ਹੈਗਾ ਕਿ ਚੋਰ ਟੂਟੀਆਂ ਲਾ ਕੇ ਲੈ ਜਾਂਦੇ ਆ, ਉਹ ਜ਼ਿੰਮੇਵਾਰੀ ਸਾਡੀ ਆ ਅਤੇ ਅਸੀਂ ਉਹ ਜ਼ਿੰਮੇਵਾਰੀ ਫਿਕਸ ਕਰਕੇ ਇੱਕ ਮੁਲਾਜ਼ਮ ਜਿਹੜਾ ਪੱਕਾ ਆ ਉਹਦੀ ਡਿਊਟੀ ਲਾਵਾਂਗੇ ਤਾਂ ਕਿ ਸਮੇਂ ਸਮੇਂ 'ਤੇ ਨਾਲ ਉਹ ਸਫਾਈ ਕਰ। ਚੇਅਰਮੈਨ ਸਾਹਿਬ ਇੱਕ ਸੀ ਸਵਾਲ, ਜਿਵੇਂ ਚੇਤ ਰਾਮ ਐਮ ਸੀ ਨੇ ਕਿਹਾ ਕਿ ਦੋ ਟੱਕ ਲਾ ਕੇ ਸੱਤ ਦਿਨ ਕੋਈ ਸਾਈਨ ਕਰਾ ਲਏ, ਉਹਦੇ ਵਿੱਚ ਦੇਖੋ ਮੈਂ ਪਹਿਲੀ ਗੱਲ ਤਾਂ ਉਹ ਸਾਡੇ ਐਮ ਸੀ ਸਾਹਿਬਾਨ ਆ ਸਤਿਕਾਰਯੋਗ ਆ, ਮੈਂ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਸੀ ਕਿਉਂਕਿ ਆਪਾਂ ਇਹ ਬੜਾ ਕਲੀਅਰਲੀ ਕਰਤੀ ਜਿਹੜੇ ਏਰੀਏ ਦਾ ਕੰਮ ਹੁੰਦਾ ਜਿੰਨਾ ਕੰਮ ਹੁੰਦਾ, ਜੇ ਕੋਈ ਅਫਸਰ ਸਾਈਨ ਕਰਾਉਣਾ ਹੁੰਦਾ ਤਾਂ ਉਨੇ ਹੀ ਕੰਮ ਕਰਾਂਗੇ ਜਿੰਨੇ ਆਪਾਂ ਕਰਵਾਇਆ। ਅਤੇ ਕਿਤੇ ਨਾ ਕਿਤੇ ਉਹਨਾਂ ਦੀ ਵੀ ਮਿਸਅੰਡਰਸਟੈਂਡਿੰਗ ਆ ਕਿ ਉਹਨਾਂ ਨੇ ਜੇ ਉਹਨਾਂ ਦੇ ਚਾਰ ਢੱਕਣ ਲੱਗੇ ਆ ਤਾਂ 10 ਦੇ ਸਾਈਨ ਕਰਤੇ ਆ, ਲੇਕਿਨ ਇਹਦੇ ਦੀ ਵੀ ਜਿਹੜੀ ਜਾਂਚ ਕਰਾਂਗੇ ਵੀ ਜੇ ਚਾਰ ਆ ਤਾਂ 10 ਦੇ ਸਾਈਨ ਕਿਉਂ ਕਰਾਏ ਗਏ ਆ, ਤਾਂ ਉਹ ਇੱਕ ਟੈਕਨੀਕਲ। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ ਸੰਪਰਕ 98 763 79 499।